गुड इवनिंग एवरीवन। गुड इवनिंग एवरी वन। एम आई ऑडिबल विजिबल? स्क्रीन विजिबल है जी सारिया। अज आप पी एस टेट के एम सी क्यू की जी क्लास टू कर रहे हैं। आप दोबारा तो जो एम सी क्यू का स्टार्ट किए थे, फस्ट क्लास के आप 20 एम सी क्यू डिस्कस किए थे। अज आप उस तो अगले एम सी क्यूज है जोड़े वह डिस्कस करा। सो आई रिक्वेस्ट टू ऑल ऑफ यू, फटाफट ज्वाइन करो, सैशन नू शेयर कर दियो एक दूसरे दे नाल, सो दैट मैक्सिमम बच्चे है जिहड़े क्लास दा यूज लै सकन। हाँ जी, जिहड़े बच्चे रेडी है टाइप रेडी, फटाफट स्टार्ट करिए आपां क्लास। तो अपना फर्स्ट क्वेश्चन है, साइकी मीन्स, साइकी का की मतलब है? साइकी का की मतलब है ह्यूमन सोल, ग्रुप ऑफ नॉलेज टू नो इंटेलिजेंस एंड माइंड ते नन ऑफ द अबव। हाँ जी, दसो रजे की आंसर है।
ਫਸਟ ਕੁਸ਼ਚਨ ਹੀ ਆਪਣਾ ਇਹ, ਸਾਈਕੀ ਦਾ ਕੀ ਮਤਲਬ ਹੈ? ਸਾਈਕੀ ਦਾ ਕੀ ਮਤਲਬ ਹੈ? ਹਿਊਮਨ ਸੋਲ ਮਤਲਬ ਮਨੁੱਖ ਦੀ ਆਤਮਾ, ਗਰੁੱਪ ਆਫ ਨੋਲੇਜ ਟੂ ਨੋ ਇੰਟੈਲੀਜੈਂਸ ਐਂਡ ਮਾਈਂਡ, ਜਾਂ ਫਿਰ ਨਨ ਆਫ ਦੀ ਅਬਵ। ਮਨੁੱਖੀ ਆਤਮਾ ਗਿਆਨ ਦਾ ਸਮੂਹ, ਬੁੱਧੀ ਅਤੇ ਮਨ ਨੂੰ ਜਾਣਨਾ, ਜਾਂ ਫਿਰ ਉਪਰੋਕਤ ਵਿੱਚੋਂ ਕੋਈ ਵੀ ਨਹੀਂ, ਬੁੱਧੀ ਅਤੇ ਮਨ ਨੂੰ ਜਾਣਨਾ। ਨੈਕਸਟ, ਦਾ ਪੀਰੀਅਡ ਆਫ ਚਾਈਲਡਹੁੱਡ, ਚਾਈਲਡਹੁੱਡ ਦਾ ਪੀਰੀਅਡ ਕਿਹੜਾ ਹੁੰਦਾ? ਪੀਰੀਅਡ ਆਫ ਚਾਈਲਡਹੁੱਡ ਇਜ 1 to 3 ਈਅਰ, 7 to 12, 3 to 16, ਜਾਂ ਫਿਰ 12 to 18। ਬਚਪਨ ਦੀ ਮਿਆਦ ਕੀ ਹੈ? 1 to 3 ਸਾਲ, 7 to 12 ਸਾਲ, 3 to 16, ਜਾਂ ਫਿਰ 12 to 18। ਸੱਤ ਤੋਂ 12 ਸਾਲ, ਬੀ ਆਪਸ਼ਨ। ਨੈਕਸਟ, ਬ੍ਰੇਨ ਇਜ ਯੂਜ਼ਡ ਟੂ ਏਮ ਔਨ ਸਟੱਡੀ, ਵਿਚ ਅਮੰਗ ਦੀ ਫੋਲੋਇੰਗ। ਇੱਕ ਆਪਣੇ ਕੋਲ ਲਿਪੀ ਸੀ, ਬ੍ਰੇਲ ਲਿਪੀ, ਉਹ ਕਿਸ ਚੀਜ਼ ਨੂੰ ਜਿਹੜਾ ਹੈਗਾ ਸਟੱਡੀ ਕਰਨ ਦੇ ਲਈ ਮਤਲਬ ਯੂਜ਼ ਕਰਦੇ ਸੀ? ਆਪਾਂ ਗੁੱਡ ਈਵਨਿੰਗ, ਗੁੱਡ ਈਵਨਿੰਗ ਯੁਵਰਾਜ ਗਿੱਲ, ਜਿਹੜੀ ਬ੍ਰੇਲ ਲਿਪੀ ਹੈ ਉਹ ਕਿਹੜੇ ਸੈਂਸ ਵਾਸਤੇ, ਫੋਲੋਇੰਗ ਸੈਂਸ, ਵਿਚ ਅਮੰਗ ਦਾ ਫੋਲੋਇੰਗ ਸੈਂਸ ਇਜ ਯੂਜ਼ਡ ਟੂ ਸਟੱਡੀ ਥਰੂ ਬ੍ਰੇਲ? ਬ੍ਰੇਲ ਲਿਪੀ ਆਪਾਂ ਵਿਜ਼ਨ, ਹੀਅਰਿੰਗ, ਸਮੈਲ, ਜਾਂ ਫਿਰ ਟੱਚ, ਕਾਹਦੇ ਵਾਸਤੇ ਆਪਾਂ ਯੂਜ਼ ਕਰਦੇ ਹਾਂ? ਹਾਂਜੀ, ਸੈਸ਼ਨ ਨੂੰ ਸ਼ੇਅਰ ਕਰ ਦਿਓ ਆਪਣੇ ਫਰੈਂਡਸ ਦੇ ਨਾਲ। ਬ੍ਰੇਲ ਲਿਪੀ ਹੈ ਜਿਹੜੀ ਹੈਲਨ ਕੇਲਰ ਨੇ ਡਿਵੈਲਪ ਕੀਤੀ ਸੀ, ਉਹਨਾਂ ਦਾ ਉਦੇਸ਼ ਕੀ ਸੀ? ਦ੍ਰਿਸ਼ਟੀਹੀਨ ਲੋਕਾਂ ਲਈ ਸੁਣਵਾਈਹੀਨ ਗੰਧ, ਜਾਂ ਫਿਰ ਛੋ? ਕੀ ਆਂਸਰ ਆਏਗਾ ਜੀ? ਨਹੀਂ, ਛੋ ਆਏਗਾ, ਟੱਚ, ਕਿਉਂਕਿ ਉਹ ਛੋਟੇ ਛੋਟੇ ਡੋਟਸ ਸੀ ਜਿਨ੍ਹਾਂ ਨੂੰ ਆਪਾਂ ਟੱਚ ਕਰਕੇ ਮਤਲਬ ਪੜ੍ਹਦੇ ਸੀ। ਠੀਕ ਹੈ, ਦਾ ਪੀਰੀਅਡ ਆਫ ਪੋਸਟ ਚਾਈਲਡਹੁੱਡ ਸਟੇਜ, ਪੋਸਟ ਚਾਈਲਡਹੁੱਡ ਸਟੇਜ ਦਾ ਕੀ ਪੀਰੀਅਡ? ਪੋਸਟ ਚਾਈਲਡਹੁੱਡ ਸਟੇਜ ਦਾ ਕੀ ਪੀਰੀਅਡ ਹੈ? ਬੱਚਿਆਂ ਦੇ ਜਿਹੜਾ ਬਚਪਨ ਹੈ ਉਹਦੀ ਮਿਆਦ ਕਿੰਨੀ ਆ? 1 to 13 ਸਾਲ, 3 to 6, 6 to 12, ਜਾਂ ਫਿਰ 12 to 15।
ਪਰਮਜੀਤ ਸਿੰਘ ਮੈਨੂੰ ਆਂਸਰ ਲਿਖ ਕੇ ਦੱਸੋ ਕਿ ਤੁਸੀਂ ਕਿਹੜੇ ਕੁਐਸਚਨ ਦਾ ਆਂਸਰ ਦੇ ਰਹੇ ਹੋ। ਪੋਸਟ ਚਾਈਲਡਹੁੱਡ ਪੀਰੀਅਡ ਨੈਕਸਟ ਡਿਵੈਲਪਮੈਂਟ ਇਜ਼ ਨੈਵਰ ਐਂਡਿੰਗ ਪ੍ਰੋਸੈਸ ਦਿਸ ਆਈਡੀਆ ਇਜ਼ ਐਸੋਸੀਏਟਡ ਵਿਦ ਜਿਹੜੀ ਡਿਵੈਲਪਮੈਂਟ ਆਪਾਂ ਪੜ੍ਹਦੇ ਹੈਗੇ ਆ ਕਿ ਇਹ ਵਾਰਮ ਟੂ ਟਰਮ ਚੱਲਣ ਵਾਲੀ ਨੈਵਰ ਐਂਡਿੰਗ ਪ੍ਰੋਸੈਸ ਹੈ। ਇਹਦੇ ਕਿਹੜਾ ਪ੍ਰਿੰਸੀਪਲ ਹੈ? ਪ੍ਰਿੰਸੀਪਲ ਆਫ ਇੰਟਰ ਰਿਲੇਸ਼ਨ, ਕੰਟੀਨਿਊਟੀ, ਇੰਟੀਗ੍ਰੇਸ਼ਨ ਜਾਂ ਫਿਰ ਇੰਟਰੈਕਸ਼ਨ? ਡਿਵੈਲਪਮੈਂਟ ਇਜ਼ ਨੈਵਰ ਐਂਡਿੰਗ ਪ੍ਰੋਸੈਸ ਦਿਸ ਆਈਡੀਆ ਇਜ਼ ਐਸੋਸੀਏਟਡ ਵਿਦ। ਪ੍ਰਿੰਸੀਪਲ ਆਫ ਇੰਟਰ ਰਿਲੇਸ਼ਨ, ਪ੍ਰਿੰਸੀਪਲ ਆਫ ਕੰਟੀਨਿਊਟੀ, ਪ੍ਰਿੰਸੀਪਲ ਆਫ ਇੰਟੀਗ੍ਰੇਸ਼ਨ ਜਾਂ ਫਿਰ ਪ੍ਰਿੰਸੀਪਲ ਆਫ ਇੰਟਰੈਕਸ਼ਨ? ਬਿਲਕੁਲ ਸਹੀ ਹੈ ਜੀ, ਪ੍ਰਿੰਸੀਪਲ ਆਫ ਕੰਟੀਨਿਊਟੀ, ਕਿਉਂਕਿ ਡਿਵੈਲਪਮੈਂਟ ਹਮੇਸ਼ਾ ਕੰਟੀਨਿਊਸ ਚੱਲਣ ਵਾਲੀ ਪ੍ਰੋਸੈਸ ਹੈ ਅਤੇ ਜਿਹੜੀ ਗਰੋਥ ਹੈ ਉਹ ਕੀ ਆਪਣੇ ਕੋਲੇ ਕੰਟੀਨਿਊਸ ਚੱਲਣ ਵਾਲੀ ਪ੍ਰੋਸੈਸ ਨਹੀਂ ਹੈਗੀ। ਨੈਕਸਟ ਪੀਰੀਅਡ ਆਫ ਇਨਫੈਂਸੀ, ਇਨਫੈਂਸੀ ਦਾ ਪੀਰੀਅਡ ਕਿਹੜਾ ਹੁੰਦਾ? ਬਰਥ ਤੋਂ 4 ਸਾਲ ਤੱਕ, 7 ਸਾਲ ਤੱਕ, 5 ਸਾਲ ਤੱਕ ਜਾਂ ਫਿਰ ਨਨ ਆਫ ਦੀ? ਇਨਫੈਂਸੀ ਮਤਲਬ ਬਹੁਤ ਛੋਟੇ ਹੁੰਦੇ ਵਾਲੇ, ਜਦੋਂ ਆਪਾਂ ਬਹੁਤ ਛੋਟੇ ਹੁੰਦੇ ਹਾਂ ਉਹ ਵਾਲਾ ਬਚਪਨ, ਇਨਫੈਂਸੀ ਪੀਰੀਅਡ ਕਿਹੜਾ ਹੈ? ਹਾਂਜੀ 27th ਦਾ ਆਂਸਰ ਦਿਓ। ਇਨਫੈਂਸੀ ਪੀਰੀਅਡ ਹੁੰਦਾ ਆਪਣੇ ਕੋਲ 0 ਤੋਂ 2 ਸਾਲ ਤੱਕ, ਤਾਂ ਇਹਦਾ ਆਂਸਰ ਕੀ ਆਊਗਾ? ਨਨ ਆਫ ਡੀ, ਇਹਨਾਂ ਵਿੱਚੋਂ ਕੋਈ ਵੀ ਨਹੀਂ, ਡੀ ਆਪਸ਼ਨ ਇਜ਼ ਦਾ ਰਾਈਟ ਆਂਸਰ। ਨੈਕਸਟ ਅਮੰਗ ਵਿਚ ਆਫ ਦੀ ਫੋਲੋਇੰਗ ਫੈਕਟਰ ਡਿਵੈਲਪਮੈਂਟ ਆਫ ਹਿਊਮਨ ਬਿਹੇਵੀਅਰ ਡਿਪੈਂਡ, ਕਿਹੜੇ ਫੈਕਟਰ ਹੈ ਜਿਨ੍ਹਾਂ ਦੇ ਉੱਤੇ ਹਿਊਮਨ ਦੀ ਜਿਹੜੀ ਡਿਵੈਲਪਮੈਂਟ ਹੈ ਉਹ ਡਿਪੈਂਡ ਕਰਦੀ ਹੈ? ਗਰੋਥ, ਮਚਿਓਰਿਟੀ, ਡਿਵੈਲਪਮੈਂਟ ਜਾਂ ਫਿਰ ਆਲ ਆਫ ਦੀ ਅਬਵ? ਮਨੁੱਖੀ ਵਿਕਾਸ ਹੈ ਜਿਹੜਾ ਕਿਹੜੇ ਕਾਰਕਾਂ ਦੇ ਉੱਤੇ ਨਿਰਭਰ ਕਰਦਾ ਹੈ? ਹਾਂਜੀ ਜਵਾਬ ਦਿਓ ਰਾਜੇ, ਸਾਰੇ ਬੱਚੇ ਜਿੰਨੇ ਵੀ ਬੱਚੇ ਕਲਾਸ ਨੂੰ ਦੇਖ ਰਹੇ ਆ ਸਾਰੇ ਰਿਪਲਾਈ ਕਰੋ। ਬਿਲਕੁਲ ਸਹੀ ਹੈ ਜੀ, ਡੀ, ਕਿਉਂਕਿ ਜਿਹੜਾ ਮਨੁੱਖ ਦਾ ਵਿਕਾਸ ਹੈ ਉਹ ਗਰੋਥ ਤੇ ਵੀ ਡਿਪੈਂਡ ਕਰਦਾ, ਮੈਜੋਰਿਟੀ ਤੇ ਵੀ, ਡਿਵੈਲਪਮੈਂਟ ਤੇ ਵੀ, ਸਾਰੀਆਂ ਚੀਜ਼ਾਂ ਤੇ ਡਿਪੈਂਡ ਕਰਦਾ, ਇਸ ਕਰਕੇ ਆਲ ਆਫ ਦੀ ਅਬਵ ਇਸ ਦਾ ਰਾਈਟ ਆਂਸਰ। ਫਸਟ ਸਟੈਪ ਆਫ ਚਾਈਲਡ ਐਜੂਕੇਸ਼ਨ, ਸਭ ਤੋਂ ਪਹਿਲਾਂ ਬੱਚੇ ਦੀ ਜਿਹੜੀ ਐਜੂਕੇਸ਼ਨ ਆ ਕੀ ਹੋਣੀ ਚਾਹੀਦੀ ਹੈ?
प्री प्राइमरी, मिडल या फिर हायर? की होनी चाहिए है, प्री प्राइमरी होनी चाहिए है, प्राइमरी होनी चाहिए है, मिडिल होनी चाहिए है, या फिर हायर एजुकेशन होनी चाहिए है। बिल्कुल सही है जी, 29th का ए ऑप्शन प्री प्राइमरी, क्योंकि सब तो पहला आप बच्चे नो प्री प्राइमरी एजुकेशन देवे, फिर ही आप प्राइमरी एजुकेशन देवे, उस तो बाद आप मिडल एजुकेशन, फिर आप हायर एजुकेशन की गल करा। प्राइमरी एजुकेशन होंगी है, प्री प्राइमरी होंगी है भी, जिमें अपने को नर्सरी वगैरह LKG वगैरह हो गई है ना, या उस तो भी छोटी स्टेज। प्राइमरी होंगी है 1st to 5, मिडल होंगी है 8th तक की, तो हायर एजुकेशन होंगी है 10th तक की, उस तो बाद जी सीनियर सेकेंडरी एजुकेशन है वो हो जाती है 12th की। ठीक है, नेक्स्ट है द बेसिक एलीमेंट ऑफ फ्री प्री प्राइमरी एजुकेशन, जी आप बच्चों को प्री प्राइमरी एजुकेशन दिने वो ਆਪਾਂ ਉਹਦਾ ਜਿਹੜਾ ਬੇਸਿਕ ਐਲੀਮੈਂਟ ਹੈ ਉਹ ਕੀ ਰੱਖਦੇ ਹਾਂ, ਆਪਾਂ ਕੀ ਮੰਨ ਕੇ ਚੱਲਦੇ ਹਾਂ ਕਿ ਆਪਾਂ ਬੱਚਿਆਂ ਨੂੰ ਜਿਹੜਾ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਦੇ ਦੌਰਾਨ ਕੀ ਹੈ ਜਿਹੜੀ ਚੀਜ਼ ਆਪਾਂ ਸਭ ਤੋਂ ਵੱਧ ਬੱਚਿਆਂ ਨੂੰ ਸਿਖਾਉਣੀ ਹੈ? ਫਰੀਡਮ ਸਿਖਾਉਣੀ ਹੈ ਉਹਨਾਂ ਨੂੰ, ਡਿਸਿਪਲਿਨ ਸਿਖਾਉਣਾ ਹੈ, ਕੀ ਸਿਖਾਉਣਾ ਆਪਾਂ ਉਹਨਾਂ ਨੂੰ, ਮਿਸਟੇਕ ਕੰਟਰੋਲ ਸਿਖਾਉਣਾ ਹੈ, ਮਤਲਬ ਮਿਸਟੇਕ ਕੰਟਰੋਲ, ਕ੍ਰੀਏਟਿਵ ਡਿਵੈਲਪਮੈਂਟ, ਜਾਂ ਫਿਰ ਆਪਾਂ ਉਹਨਾਂ ਨੂੰ ਇੰਡੀਵਿਜੁਅਲ ਡਿਵੈਲਪਮੈਂਟ ਸਿਖਾਉਣੀ ਹੈ। ਕੀ ਸਿਖਾਉਣਾ ਹੁੰਦਾ ਆਪਾਂ ਉਹਨਾਂ ਨੂੰ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਦੇ ਵਿੱਚ? ਹਾਂਜੀ ਦੱਸੋ ਕੀ ਸਿਖਾਵਾਂਗੇ ਆਪਾਂ ਬੱਚਿਆਂ ਨੂੰ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਦੇ ਵਿੱਚ? ਫਰੀਡਮ ਨਹੀਂ, ਆਪਾਂ ਉਹਨਾਂ ਨੂੰ ਇੱਕ ਇੰਡੀਵਿਜੁਅਲ ਡਿਵੈਲਪਮੈਂਟ ਵਾਲੀ ਸਾਈਡ ਲੈ ਕੇ ਜਾਂਦੇ ਹਾਂ, ਆਪਾਂ ਬੱਚਿਆਂ ਨੂੰ ਛੋਟੀਆਂ 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 ਗੱਲਾਂ ਸਿਖਾਉਂਦੇ ਹਾਂ, ਸੋ ਦੈਟ ਉਹਨਾਂ ਦੀ ਸ਼ਖਸੀਅਤ ਦਾ ਜਿਹੜਾ ਨਿਰਮਾਣ ਹੈ ਉਹ ਨਿਰਮਾਣ ਹੈ ਉਹ ਹੋ ਸਕੇ ਬੱਚਿਆਂ ਦੀ। ਆਪਾਂ ਹੋਲਿਸਟਿਕ ਗਰੋਥ, ਇੰਡੀਵਿਜੁਅਲ ਡਿਵੈਲਪਮੈਂਟ ਵੱਲ ਆਪਾਂ ਧਿਆਨ ਦਿੰਦੇ ਹਾਂ। ਸੋ ਲਾਸਟ ਆਪਸ਼ਨ ਹੈ ਜਿਹੜੀ ਆਪਣੇ ਕੋਲ ਇੰਡੀਵਿਜੁਅਲ ਡਿਵੈਲਪਮੈਂਟ ਹੈ, ਇਹ ਬਿਲਕੁਲ ਸਹੀ ਜਵਾਬ ਹੈ। ਠੀਕ ਹੈ, ਅਮੰਗ ਵਿੱਚ ਆਫ ਦਾ ਫੋਲੋਇੰਗ ਫੈਕਟਰ ਇਫ ਵਿਚ ਇਫੈਕਟ ਗਰੋਥ ਐਂਡ ਡਿਵੈਲਪਮੈਂਟ, ਗਰੋਥ ਤੇ ਡਿਵੈਲਪਮੈਂਟ ਦੋਨਾਂ ਨੂੰ ਕਿਹੜੀ ਚੀਜ਼ ਹੈ ਜਿਹੜੀ ਪ੍ਰਭਾਵਿਤ ਕਰਦੀ ਹੈ? ਇੰਟੈਲੀਜੈਂਸ, ਜੈਂਡਰ ਡਿਫਰੈਂਸ, ਆਲ ਆਫ ਦੀ ਅਬਵ, ਜਾਂ ਫਿਰ ਫੂਡ? ਕੀ ਆਂਸਰ ਆਏਗਾ? ਪਰਮਜੀਤ ਸਿੰਘ ਐਂਡ ਸ਼ਿੰਦਾ ਢਿੱਲੋਂ, ਪਲੀਜ਼ ਡੋਂਟ ਡੂ ਦਿਸ ਇਨ ਦਾ ਚੈਟ ਸੈਕਸ਼ਨ। ਇੰਟੈਲੀਜੈਂਸ, ਜੈਂਡਰ ਡਿਫਰੈਂਸ, ਆਲ ਆਫ ਦੀ ਅਬਵ, ਜਾਂ ਫਿਰ ਫੂਡ? ਓਬਵੀਅਸਲੀ ਆਲ ਆਫ ਦਾ ਅਬਵ, ਜਿਹੜੀ ਇੰਟੈਲੀਜੈਂਸ ਹੈ, ਜੈਂਡਰ ਡਿਫਰੈਂਸ ਹੈ ਵੀ ਉਹ ਬੋਏ ਹੈ ਜਾਂ ਗਰਲ ਹੈ, ਦੋਨਾਂ ਦੀ ਗਰੋਥ ਅਤੇ ਡਿਵੈਲਪਮੈਂਟ ਦੇ ਫੈਕਟਰ ਹੈ ਜਿਹੜੇ ਉਹ ਅਲੱਗ ਅਲੱਗ ਹੁੰਦੇ ਆ। ਫੂਡ ਵੀ ਡਿਪੈਂਡ ਕਰਦਾ ਹੈ, ਗਰੋਥ 'ਤੇ ਡਿਪੈਂਡ ਕਰਦਾ ਹੈ ਫੂਡ, ਬਿਲਕੁਲ ਕਿਸੇ ਬੱਚੇ ਦੀ ਕਿੰਨੀ ਗਰੋਥ ਹੈ ਉਹਦੇ ਫੂਡ ਦੇ ਉੱਤੇ ਡਿਪੈਂਡ ਕਰਦੀ ਹੈ। ਕਈ ਬੱਚੇ ਜਿਵੇਂ ਆਪਾਂ ਦੇਖਦੇ ਹਾਂ ਐਨੀਮਿਕ ਹੁੰਦੇ ਆ ਜਾਂ ਬਿਮਾਰੀਆਂ ਦਾ ਸ਼ਿਕਾਰ ਹੋਏ ਹੋਏ ਹੁੰਦੇ ਆ, ਉਹਨਾਂ ਨੂੰ ਪ੍ਰੋਬਲਮ ਹੁੰਦੀ ਹੈ, ਮਤਲਬ ਉਹਨਾਂ ਦੀ ਜਿਹੜੀ ਗਰੋਥ ਆ ਪ੍ਰੋਪਰਲੀ ਨਹੀਂ ਹੁੰਦੀ, ਇਸ ਕਰਕੇ ਆਲ ਆਫ ਦੀ ਅਬਵ ਇਹਦਾ ਕੀ ਆਊਗਾ, ਸਹੀ ਆਂਸਰ ਆਊਗਾ।
ਨੈਕਸਟ ਹੈ ਦਾ ਸਬਜੈਕਟ ਡਿਵੈਲਪਮੈਂਟ ਕਮ ਅੰਡਰ, ਜਿਹੜਾ ਡਿਵੈਲਪਮੈਂਟ ਸਬਜੈਕਟ ਹੈ ਉਹ ਕਿਸ ਚੀਜ਼ ਦੇ ਅੰਡਰ ਆ ਜਾਂਦਾ ਹੈ? ਡਿਵੈਲਪਮੈਂਟਲ ਏਰੀਆ, ਸੋਸ਼ਲ ਏਰੀਆ, ਫਿਜ਼ੀਕਲ ਡਿਵੈਲਪਮੈਂਟ ਏਰੀਆ ਜਾਂ ਫਿਰ ਆਲ ਆਫ ਦੀ ਅਬਵ। ਵਿਕਾਸ ਹੈ ਜਿਹੜਾ, ਵਿਕਾਸ ਦਾ ਵਿਸ਼ਾ ਕਿਸ ਚੀਜ਼ ਦੇ ਅਧੀਨ ਆ ਜਾਂਦਾ ਹੈ? ਡਿਵੈਲਪਮੈਂਟਲ ਏਰੀਆ ਮਤਲਬ ਤੁਹਾਡਾ ਵਿਕਾਸ ਦਾ ਖੇਤਰ, ਸੋਸ਼ਲ ਏਰੀਆ ਮਤਲਬ ਸਮਾਜਿਕ ਖੇਤਰ, ਫਿਜ਼ੀਕਲ ਡਿਵੈਲਪਮੈਂਟ ਮਤਲਬ ਭੌਤਿਕ ਵਿਕਾਸ ਦਾ ਖੇਤਰ, ਆਲ ਆਫ ਦੀ ਅਬਵ ਮਤਲਬ ਉਪਰੋਕਤ ਸਾਰੇ। ਕੀ ਆਂਸਰ ਆਏਗਾ ਜੀ? ਬਿਲਕੁਲ ਸਹੀ ਜੀ, ਆਲ ਆਫ ਦੀ ਅਬਵ ਉਪਰੋਕਤ ਸਾਰੇ। ਨੈਕਸਟ, ਦ ਮੋਰਲ ਐਜੂਕੇਸ਼ਨ ਸ਼ੁੱਡ ਬੀ ਗਿਵਨ ਟੂ ਦਾ ਚਿਲਡਰਨ ਥਰੂ ਇੰਟਰਸਟਿੰਗ ਸਿੰਪਲ ਸਟੋਰੀਜ਼, ਹੂ ਸੈਡ ਦਿਸ? ਇਹ ਗੱਲ ਜਿਹੜੀ ਕਿਹਨੇ ਕਹੀ ਸੀ ਕਿ ਜਿਹੜੀ ਆਪਾਂ ਬੱਚਿਆਂ ਨੂੰ ਮੋਰਲ ਐਜੂਕੇਸ਼ਨ ਦਿੰਦੇ ਹਾਂ ਉਹ ਛੋਟੀਆਂ ਛੋਟੀਆਂ ਸਿੰਪਲ ਸਟੋਰੀਜ਼ ਦੇ ਥਰੂ ਦਿੱਤੀ ਜਾਣੀ ਚਾਹੀਦੀ ਆ? ਸਟਰੋਂਗ ਨੇ ਇਹ ਗੱਲ ਕਹੀ ਸੀ, ਪਿਆਜੇ ਨੇ, ਕੋਲਸੈਨਿਕ ਨੇ ਜਾਂ ਫਿਰ ਬਰੂਨਰ ਨੇ? ਪੀਐਸ ਟੈਟਰ ਅਜੇ 20 ਅਪ੍ਰੈਲ ਤੋਂ ਬਾਅਦ, 20 ਤੋਂ 23 ਅਪ੍ਰੈਲ ਤੱਕ ਜਿਹੜਾ ਹੈਗਾ ਪੀਐਸ ਟੈਟ ਹੋਣ ਦੇ 100% ਚਾਂਸ ਹੈ, 20 ਤੋਂ 23 ਦੇ ਵਿੱਚ ਵਿੱਚ ਬਿਲਕੁਲ ਹੋ ਜਾਏਗਾ ਜੀ ਉਦੋਂ ਤੀਕਰ ਪੀਐਸ ਟੈਟ। ਆਂਸਰ ਦਿਓ ਮੈਨੂੰ, ਮੋਰਲ ਐਜੂਕੇਸ਼ਨ ਸ਼ੁੱਡ ਬੀ ਗਿਵਨ ਟੂ ਦਾ ਚਿਲਡਰਨ ਥਰੂ ਇੰਟਰਸਟਿੰਗ ਸਿੰਪਲ ਸਟੋਰੀਜ਼, ਹੂ ਸੈਡ ਦਿਸ? ਮੈਨੂੰ ਨਾਮ ਲਿਖ ਕੇ ਦੱਸੋ ਸਾਈਕੋਲੋਜਿਸਟ ਦਾ, ਏ ਬੀ ਸੀ ਡੀ 'ਚ ਆਂਸਰ ਨਾ ਦਿਓ, ਕਿਉਂਕਿ ਕਈ ਬੱਚੇ ਹਜੇ ਪਿੱਛੇ ਲਾਈਵ ਦੇ ਨਾਲ ਨਾਲ ਨਹੀਂ ਚੱਲ ਰਹੇ, ਉਹ ਪਿਛਲੇ ਕੁਸ਼ਚਨ ਦੇ ਆਂਸਰ ਦੇ ਰਹੇ ਆ। ਪਿਆਜੇ ਇਜ਼ ਦਾ ਰਾਈਟ ਆਂਸਰ। ਨੈਕਸਟ, ਚਿਲਡਰਨ ਕੈਨ ਆਈਡੈਂਟੀਫਾਈ ਹਿਜ਼ ਨੇਮ, ਇੱਕ ਛੋਟਾ ਬੱਚਾ ਉਹ ਆਪਣਾ ਨਾਮ ਕਦੋਂ ਆਈਡੈਂਟੀਫਾਈ ਕਰਨ ਲੱਗ ਜਾਂਦਾ? ਆਪਣੇ ਜਨਮ ਤੋਂ 5ਵੇਂ ਮਹੀਨੇ ਮਤਲਬ 5th ਮੰਥ ਤੱਕ, 7th ਮੰਥ ਤੱਕ, ਆਪਣੇ ਜਨਮ ਦੇ 2nd ਮੰਥ ਜਾਂ ਫਿਰ ਆਪਣੇ ਜਨਮ ਦੇ 8th ਮੰਥ? ਕੀ ਆਂਸਰ ਆਏਗਾ ਇਹਦਾ? Now you want I should block you? Child can identify his name in 6th 7th month ਦੇ ਵਿੱਚ, ਜਿਹੜਾ ਬੱਚਾ ਆਪਣੇ ਨਾਮ ਨੂੰ ਆਈਡੈਂਟੀਫਾਈ ਕਰਨ ਲੱਗ ਜਾਂਦਾ। ਪਹਿਲੇ 3 ਮਹੀਨੇ ਤਾਂ ਬੱਚਾ ਕਿਸੇ ਨੂੰ ਵੀ ਪਛਾਣਦਾ ਹੀ ਨਹੀਂ, ਠੀਕ ਹੈ। 2nd ਮੰਥ ਤਾਂ ਬਿਲਕੁਲ ਹੀ ਨਹੀਂ ਜੀ ਰਜੇ, ਪਹਿਲੇ 3 ਮਹੀਨੇ ਤਾਂ ਇੱਕ ਛੋਟਾ ਬੱਚਾ ਕਿਸੇ ਨੂੰ ਪਛਾਣਦਾ ਹੀ ਨਹੀਂ। ਤਾਂ ਇਹਦਾ ਆਂਸਰ ਕੀ ਆਏਗਾ? 7th ਮੰਥ, ਬੀ ਆਪਸ਼ਨ। ਦਾ ਫਸਟ ਸਟੇਜ ਇਨ ਲਰਨਿੰਗ ਆਫ ਅ ਸਕਿੱਲ, ਜਦੋਂ ਆਪਾਂ ਕੋਈ ਵੀ ਸਕਿੱਲ ਸਿੱਖਦੇ ਹਾਂ, ਕੋਈ ਵੀ ਸਕਿੱਲ ਸਿੱਖਦੇ ਹਾਂ, ਉਹਦੀ ਫਸਟ ਸਟੇਜ ਕੀ ਹੁੰਦੀ ਹੈ? ਪ੍ਰੋਸੈਸ਼ਨ, ਮੈਨੀਪੂਲੇਸ਼ਨ, ਕੋਆਰਡੀਨੇਸ਼ਨ ਜਾਂ ਫਿਰ ਇਮੀਟੇਸ਼ਨ? ਸ਼ੁੱਧਤਾ, ਹੇਰਾਫੇਰੀ, ਤਾਲਮੇਲ ਜਾਂ ਫਿਰ ਇਮੀਟੇਸ਼ਨ ਮਤਲਬ ਨਕਲ? ਹਾਂਜੀ, ਕੀ ਆਂਸਰ ਆਏਗਾ? 10 ਕੁਸ਼ਚਨ ਰਹਿ ਗਏ, 35ਵੇਂ ਤੇ ਆਪਾਂ ਪਹੁੰਚ ਗਏ, ਆਪਾਂ 45 ਤੱਕ ਕੁਸ਼ਚਨ ਕੰਪਲੀਟ ਕਰਨੇ ਅੱਜ।
ਇਮੀਟੇਸ਼ਨ, ਬਿਲਕੁਲ ਸਹੀ ਗੱਲ ਆ। ਆਪਾਂ ਕੋਈ ਵੀ ਸਕਿੱਲ ਸਿੱਖਦੇ ਹਾਂ ਤਾਂ ਆਪਾਂ ਸਭ ਤੋਂ ਪਹਿਲਾਂ ਸਿਖਾਉਣ ਵਾਲੇ ਦੀ ਨਕਲ ਕਰਦੇ ਹਾਂ, ਠੀਕ ਹੈ। ਨੈਕਸਟ, ਦ ਮਾਈਂਡ ਆਫ ਦ ਚਾਈਲਡ ਇਜ਼ ਟੈਕਸਟ ਬੁੱਕ ਆਫ ਟੀਚਰ ਹੂ ਸੈਡ ਦਿਸ। ਗੱਲ ਇਹ ਕਿਹਨੇ ਕਹੀ ਸੀ, ਮਾਈਂਡ ਆਫ ਚਾਈਲਡ ਇਜ਼ ਟੈਕਸਟ ਬੁੱਕ ਆਫ ਟੀਚਰ। ਇੱਕ ਬੱਚੇ ਦਾ ਦਿਮਾਗ ਹੈ ਜਿਹੜਾ ਅਧਿਆਪਕ ਦੀ ਟੈਕਸਟ ਬੁੱਕ ਹੈ। ਇਹ ਗੱਲ ਕਿਹਨੇ ਕਹੀ ਸੀ, ਫਰੋਡ ਨੇ, ਰੂਸੋ ਨੇ, ਰੋਸ ਨੇ ਜਾਂ ਫਿਰ ਮਾਨ ਨੇ? ਹਾਂਜੀ, ਕੀ ਆਂਸਰ ਆਏਗਾ 36 ਦਾ? ਇੱਕ ਬੱਚੇ ਦਾ ਮਨ ਹੈ ਜਿਹੜਾ ਉਹ ਅਧਿਆਪਕ ਦੀ ਪਾਠ ਪੁਸਤਕ ਹੈ। ਇਹ ਗੱਲ ਕਿਹਨੇ ਕਹੀ ਸੀ, ਫਰੋਡ ਨੇ, ਰੂਸੋ ਨੇ, ਰੋਸ ਨੇ ਜਾਂ ਫਿਰ ਮਾਨ ਨੇ? ਏ ਬੀ ਸੀ ਨਾ ਲਿਖੋ ਪਲੀਜ਼, ਮੈਨੂੰ ਉਦਾਂ ਆਂਸਰ ਦਿਓ। ਬਿਲਕੁਲ ਸਹੀ ਜੀ, ਰੂਸੋ ਨੇ। ਨੈਕਸਟ, ਪ੍ਰੀ ਚਾਈਲਡਹੁੱਡ ਪੀਰੀਅਡ ਇਜ਼। ਪ੍ਰੀ ਚਾਈਲਡਹੁੱਡ ਪੀਰੀਅਡ ਕਿਹੜਾ ਹੁੰਦਾ, 2 ਤੋਂ 6 ਸਾਲ ਦਾ, 5 ਤੋਂ 7, 10 ਤੋਂ 12 ਜਾਂ ਫਿਰ 4 ਤੋਂ 5? ਗੁੱਡ ਈਵਨਿੰਗ ਗੁਰ ਸਾਹਿਬ। ਹਾਂਜੀ, ਕਿਹੜਾ ਸਮਾਂ ਹੁੰਦਾ ਹੈ ਪ੍ਰੀ ਚਾਈਲਡਹੁੱਡ ਪੀਰੀਅਡ, 2 ਤੋਂ 6, 5 ਤੋਂ 7, 10 ਤੋਂ 12 ਜਾਂ ਫਿਰ 4 ਤੋਂ 5? ਦੋ ਤੋਂ ਛੇ ਸਾਲ। ਦ ਮੀਨਿੰਗ ਆਫ ਡਿਵੈਲਪਮੈਂਟ ਇਜ਼। ਡਿਵੈਲਪਮੈਂਟ ਦਾ ਕੀ ਮਤਲਬ ਹੈ, ਫਿਜ਼ੀਕਲ ਔਰਗਨ ਦੀ ਡਿਵੈਲਪਮੈਂਟ ਹੋਣਾ, ਕੰਪੈਰੇਟਿਵ ਤੇ ਕੁਆਲਿਟੇਟਿਵ ਡਿਵੈਲਪਮੈਂਟ ਮਤਲਬ ਤੁਲਨਾਤਮਕ ਅਤੇ ਗੁਣਾਂ ਦਾ ਵਿਕਾਸ ਹੋਣਾ, ਇੰਟੈਲੀਜੈਂਸ ਡਿਵੈਲਪ ਹੋਣੀ ਆਪਣੀ ਮਤਲਬ ਬੁੱਧੀ ਦਾ ਵਿਕਾਸ ਹੋਣਾ, ਜਾਂ ਫਿਰ ਆਲ ਆਫ ਦੀ ਅਬਵ? ਕੀ ਆਂਸਰ ਆਏਗਾ? ਕੋਈ ਗੱਲ ਨਹੀਂ ਰਾਜੇ, ਸਾਰਿਆਂ ਨਾਲ ਹੀ ਹੋਇਆ, ਆਪਣੇ ਇਕੱਲਿਆਂ ਨਾਲ ਤਾਂ ਨਹੀਂ ਹੋਇਆ। ਪਰ ਹੁਣ ਤੁਹਾਨੂੰ ਉਸ ਤੋਂ ਵੀ ਹਾਰਡ ਪ੍ਰਿਪਰੇਸ਼ਨ ਕਰਨੀ ਚਾਹੀਦੀ ਆ। ਹੁਣ ਤਾਂ ਪਤਾ ਹੀ ਨਹੀਂ ਮਤਲਬ ਪੇਪਰ ਦਾ ਲੈਵਲ ਕੀ ਹੋਏਗਾ ਕੀ ਨਹੀਂ ਹੋਏਗਾ, ਕਿਉਂਕਿ ਹੁਣ ਜਿਹੜਾ ਹੈਗਾ ਪੇਪਰ ਹੈ, ਪਹਿਲਾਂ ਐਜੂਕੇਸ਼ਨ ਅਥਾਰਟੀਜ਼ ਦੇ ਹੱਥ ਵਿੱਚ ਸੀ, ਪਰ ਹੁਣ ਇਹ ਗੱਲ ਸਾਰੇ ਹੀ ਪੰਜਾਬ ਨੂੰ ਮਤਲਬ ਪਤਾ ਲੱਗ ਗਈ ਹੈ, ਤਾਂ ਗਵਰਨਮੈਂਟ ਦੀ ਬਦਨਾਮੀ ਹੁੰਦੀ ਹੈ ਇਹਦੇ ਨਾਲ। PS ਟੈਟ ਰਜੇ ਤੁਹਾਡਾ ਹੋ ਜਾਏਗਾ 20 ਤੋਂ 23 ਅਪ੍ਰੈਲ ਦੇ ਵਿੱਚ ਵਿੱਚ। ਆਲ ਆਫ ਦੀ ਅਬਵ ਇਜ਼ ਦਾ ਰਾਈਟ ਆਂਸਰ, ਕਿਉਂਕਿ ਡਿਵੈਲਪਮੈਂਟ ਦਾ ਮਤਲਬ ਹੀ ਇਹ ਹੈ ਕਿ ਸਾਰੇ ਦੇ ਸਾਰੇ ਆਸਪੈਕਟ, ਹੋਲਿਸਟਿਕ ਜਿਹੜੀ ਆਪਾਂ ਡਿਵੈਲਪਮੈਂਟ ਦੀ ਗੱਲ ਕਰਦੇ ਹਾਂ, ਸਰਵਪੱਖੀ ਵਿਕਾਸ। ਵੇਟ ਆਫ 3 ਟੂ 4 ਈਅਰ ਚਾਈਲਡ, ਇੱਕ 3 ਤੋਂ 4 ਸਾਲ ਦਾ ਬੱਚਾ ਹੈ, ਉਹਦਾ ਵੇਟ ਕਿੰਨਾ ਹੋਊਗਾ, 38 ਤੋਂ 48 ਪੌਂਡ, 30 ਤੋਂ 38, 25, 20 ਤੋਂ 25 ਜਾਂ ਫਿਰ 23 ਤੋਂ 30 ਪੌਂਡ? ਕਿੰਨਾ ਵੇਟ ਹੋਏਗਾ? ਹਾਂਜੀ, ਦੱਸੋ ਕੀ ਆਂਸਰ ਆਏਗਾ। ਵੇਟ ਆਫ 3 ਟੂ 4 ਈਅਰ ਚਾਈਲਡ ਇਜ਼।
ਹੁਣ ਤੇ ਉਹਨਾਂ ਨੇ ਕਹਿ ਹੀ ਦਿੱਤਾ ਕਿ ਪੀ ਐਸ ਟੈਟ ਕੈਂਸਲ ਹੈ ਅਤੇ ਪੀ ਐਸ ਟੈਟ ਦੁਬਾਰਾ ਹੋਏਗਾ। ਉਹਨਾਂ ਨੇ ਪੇਪਰ 1 ਪੇਪਰ 2 ਦੇ ਬਾਰੇ ਤਾਂ ਕੋਈ ਆਇਡੈਂਟੀਫਾਈ ਕੀਤਾ ਹੀ ਨਹੀਂ। ਉਹਨਾਂ ਨੇ ਇਹ ਤਾਂ ਕੁਛ ਵੀ ਆਇਡੈਂਟੀਫਾਈ ਨਹੀਂ ਕੀਤਾ। ਮਤਲਬ ਮੇਰੇ ਅਕੋਰਡਿੰਗਲੀ ਤਾਂ ਵੈਸੇ ਆਪਾਂ ਨੂੰ ਹਾਂ ਗਵਰਨਮੈਂਟ ਦੀ ਓਫੀਸ਼ੀਅਲ ਨੋਟੀਫਿਕੇਸ਼ਨ ਦੀ ਵੇਟ ਕਰਨੀ ਚਾਹੀਦੀ ਹੈ, ਪਰ ਆਪਾਂ ਕੁਛ ਕਹਿ ਨਹੀਂ ਸਕਦੇ ਇਸ ਬਾਰੇ। ਨੈਕਸਟ ਹੈ ਏਰੀਆ ਆਫ ਡਿਵੈਲਪਮੈਂਟ ਐਂਡ ਲਰਨਿੰਗ ਇਜ਼ ਕਮਿਊਨੀਕੇਸ਼ਨ, ਲੈਂਗੁਏਜ, ਲਿਟਰੇਚਰ, ਨੈਰੋ ਥਿੰਕਿੰਗ ਐਂਡ ਬਿਹੇਵੀਅਰ, ਸੋਸ਼ਲ ਕੰਡੀਸ਼ਨ ਜਾਂ ਫਿਰ ਮਾਡਰਨਾਈਜੇਸ਼ਨ। ਕੀ ਆਂਸਰ ਆਏਗਾ ਜੀ? ਏਰੀਆ ਆਫ ਡਿਵੈਲਪਮੈਂਟ ਐਂਡ ਲਰਨਿੰਗ ਇਜ਼ ਕਮਿਊਨੀਕੇਸ਼ਨ, ਲੈਂਗੁਏਜ, ਲਿਟਰੇਚਰ, ਨੈਰੋ ਥਿੰਕਿੰਗ ਐਂਡ ਬਿਹੇਵੀਅਰ, ਅਤੇ ਜਾਂ ਫਿਰ ਸੋਸ਼ਲ ਕੰਡੀਸ਼ਨ ਮਾਡਰਨਾਈਜੇਸ਼ਨ। ਕਮਿਊਨੀਕੇਸ਼ਨ, ਲੈਂਗੁਏਜ ਐਂਡ ਲਿਟਰੇਚਰ, ਬਿਲਕੁਲ ਸਹੀ ਏ ਆਪਸ਼ਨ। 41 ਦਾ ਫੈਕਟਰ ਇਫੈਕਟਿੰਗ ਲਰਨਿੰਗ ਆਰ, ਲਰਨਿੰਗ ਨੂੰ ਕਿਹੜੇ ਕਿਹੜੇ ਫੈਕਟਰ ਇਫੈਕਟ ਕਰਦੇ ਆ? ਮੈਚਿਓਰਿਟੀ, ਰੈਡੀਨੈਸ, ਮੋਟੀਵੇਸ਼ਨ, ਮੀਡੀਆ, ਸੋਸਾਇਟੀ ਜਾਂ ਫਿਰ ਫਰੈਂਡਸ਼ਿਪ। ਏ ਆਪਸ਼ਨ ਸੀ ਉਹਦਾ ਆਂਸਰ। ਕੱਲ੍ਹ ਤੋਂ ਹਟਾ ਦੇਊਂਗੀ, ਕੱਲ੍ਹ ਤੋਂ ਨਹੀਂ ਆਊਗੀ। ਹੁਣ ਮੈਂ ਦੁਬਾਰਾ ਵਿੱਚ ਐਡੀਟਿੰਗ ਕਰਨ ਲੱਗ ਗਈ ਅਤੇ ਫਿਰ ਆਪਣਾ ਟਾਈਮ ਬਹੁਤ ਵੇਸਟ ਹੋ ਜਾਏਗਾ, ਕੱਲ੍ਹ ਨੂੰ ਨਹੀਂ ਆਊਗੀ। ਹਾਂਜੀ ਦੱਸੋ ਕੀ ਆਂਸਰ ਆਏਗਾ ਇਹਦਾ। ਫੈਕਟਰ ਇਫੈਕਟਿੰਗ ਲਰਨਿੰਗ ਆਰ ਮੈਚਿਓਰਿਟੀ, ਰੈਡੀਨੈਸ, ਮੋਟੀਵੇਸ਼ਨ, ਮੀਡੀਆ, ਸੋਸਾਇਟੀ, ਫਰੈਂਡਸ਼ਿਪ। ਕੀ ਆਂਸਰ ਆਏਗਾ? ਇਹ ਆਪਸ਼ਨ ਮੈਚਿਓਰਿਟੀ, ਰੈਡੀਨੈਸ ਐਂਡ ਮੋਟੀਵੇਸ਼ਨ, ਕਿਉਂਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਆਪਣੀ ਲਰਨਿੰਗ ਨੂੰ ਇਫੈਕਟ ਕਰਦੀਆਂ। ਨੈਕਸਟ ਆ ਗਿਆ, ਇੱਕ ਮਿੰਟ, ਮੈਨੂੰ ਇਹਨੂੰ ਤਾਂ ਇੱਥੇ ਤਾਂ ਹਟਾਉਣਾ ਹੀ ਪੈਣਾ। ਸਾਈਕੋਲੋਜਿਸਟ, ਟੀਚਰ, ਪੇਰੈਂਟਸ ਐਂਡ ਸੋਸ਼ਲ ਵਰਕਰ ਹੂ ਟੇਕ ਇੰਟਰਸਟ ਇਨ ਇੱਕ ਮਿੰਟ ਵੈਲਫੇਅਰ ਐਂਡ ਵੈਲਫੇਅਰ ਆਫ ਇੰਡੀਵਿਜੁਅਲ ਐਂਡ ਸੋਸਾਇਟੀ ਆਲਸੋ ਸਟਾਰਟ ਗਿਵਿੰਗ ਇੰਪੋਰਟੈਂਸ ਟੂ ਦੀ ਸਟੱਡੀ ਆਫ ਚਾਈਲਡ ਡਿਵੈਲਪਮੈਂਟ। ਹੂ ਸੈਡ ਦਿਸ? ਸਾਈਕੋਲੋਜਿਸਟ ਹੈ, ਟੀਚਰ ਹੈ, ਪੇਰੈਂਟਸ ਹੈ, ਜਿਹੜੇ ਸਾਰੇ ਲੋਕ ਹੈ ਜਿਹੜੇ ਸਮਾਜ ਦੀ ਭਲਾਈ ਦੇ ਵਿੱਚ ਕੰਮ ਕਰਦੇ ਆ, ਇੰਡੀਵਿਜੁਅਲੀ ਸੋਸਾਇਟੀ ਦੇ ਵਿੱਚ ਕੰਮ ਕਰਦੇ ਆ, ਉਹ ਜਿਹੜੇ ਹੈਗੇ ਆ ਚਾਈਲਡ ਡਿਵੈਲਪਮੈਂਟ ਨੂੰ ਵੀ ਇੱਕ ਖਾਸ ਜਿਹੜੇ ਹੈਗੇ ਆ ਮਹੱਤਵ ਦੇਣ ਲੱਗ ਪਏ। ਇਹ ਗੱਲ ਕਿਹਨੇ ਕਹੀ ਸੀ? ਗੇਟਸ ਨੇ ਕਹੀ ਸੀ, ਪੀਅਲ ਨੇ ਕਹੀ ਸੀ, ਕਰੋ ਐਂਡ ਕਰੋ ਜਾਂ ਫਿਰ ਡਰੌਕ ਨੇ ਕਹੀ ਸੀ? ਹੈਲੋ ਸ਼ਾਇਰ,
ਰਾਜੇ, ਜਿੰਨੀ ਦੇਰ ਤੱਕ ਕੋਈ ਓਫੀਸ਼ੀਅਲ ਨੋਟੀਫਿਕੇਸ਼ਨ ਨਹੀਂ ਆਉਂਦੀ, ਆਪਾਂ ਕੁਛ ਨਹੀਂ ਕਹਿ ਸਕਦੇ ਕਿ ਕਿਹੜਾ ਪੇਪਰ ਹੋਏਗਾ ਕਿਹੜਾ ਨਹੀਂ ਹੋਏਗਾ। ਠੀਕ ਹੈ, ਮੈਨੂੰ ਏ ਬੀ ਸੀ 'ਚ ਜਵਾਬ ਨਾ ਦਿੱਤਾ ਜਾਵੇ, ਮੈਨੂੰ ਆਂਸਰ ਲਿਖ ਕੇ ਟਾਈਪ ਕਰਕੇ ਦਿੱਤਾ ਜਾਵੇ। ਗੇਟਸ, ਪੀਐਲ, ਕਰੋ ਐਂਡ ਕਰੋ ਜਾਂ ਫਿਰ ਡਰੋਂਕ। ਰਾਜੇ, ਐਸ ਐਸ ਟੀ ਦੀ ਕਲਾਸ ਦੀ ਟਾਈਮਿੰਗ ਨਹੀਂ ਮੈਨੂੰ ਪਤਾ। ਅੱਜ ਕਮਿਊਨਿਟੀ ਦੇ ਵਿੱਚ, ਕਮਿਊਨਿਟੀ ਪੋਸਟ ਦੇ ਵਿੱਚ ਅਪਡੇਟ ਕੀਤੀਆਂ ਗਈਆਂ ਸੀਗੀਆਂ ਟਾਈਮਿੰਗ, ਤੁਸੀਂ ਉੱਥੋਂ ਚੈੱਕ ਕਰ ਸਕਦੇ ਹੋ। ਟਾਈਮ ਟੇਬਲ ਦਿੱਤਾ ਗਿਆ ਸੀ, ਸੁਬਹਾ 9 ਵਜੇ ਆਪਣੀ ਕਰੰਟ ਅਫੇਅਰ ਦੀ ਕਲਾਸ ਹੁੰਦੀ ਹੈ, 11 ਵਜੇ ਪੀ ਟ੍ਰਿਪਲ ਐਸ ਪੀ ਦੀ ਹੁੰਦੀ ਹੈ, ਪੀ ਐਸ ਟੈਟ ਦੀ ਇੱਕ ਕਲਾਸ 1 ਵਜੇ ਹੈ, ਇੱਕ 4 ਵਜੇ ਹੈ, ਇੱਕ ਆਪਣੀ 8 ਵਜੇ ਹੈ ਕਲਾਸ। ਠੀਕ ਹੈ, ਬਾਕੀ ਤੁਸੀਂ ਜਿਹੜਾ, ਹਾਂਜੀ ਗੇਟਸ, ਠੀਕ ਹੈ ਇਹਦਾ ਆਂਸਰ। ਮੈਂ ਤੁਹਾਨੂੰ ਕੰਟੈਕਟ ਨੰਬਰ ਦੇ ਦਿੰਦੀ ਹਾਂ, ਆਫਿਸ ਦਾ ਕੰਟੈਕਟ ਨੰਬਰ ਹੈ ਆਪਣਾ, ਤੁਸੀਂ ਇੱਥੇ ਕਾਲ ਕਰਕੇ ਕਿਸੇ ਵੀ ਕਲਾਸ ਦੀ ਟਾਈਮਿੰਗ ਹੈ ਜਿਹੜੀ ਪੁੱਛ ਸਕਦੇ ਹੋ। ਇੱਥੇ ਕਾਲ ਕਰਕੇ ਇਸ ਨੰਬਰ ਤੇ ਕਿਸੇ ਵੀ ਕਲਾਸ ਦੀਆਂ ਟਾਈਮਿੰਗ ਦੇ ਬਾਰੇ ਜਾਣ ਸਕਦੇ ਹੋ। ਦ ਨੀਡ ਆਫ ਚਾਇਲਡ ਸਟੱਡੀ, ਬੱਚਿਆਂ ਨੂੰ ਪੜ੍ਹਾਉਣ ਦਾ ਕੀ ਮਕਸਦ ਹੈ, ਕੀ ਜ਼ਰੂਰਤ ਹੈ ਬੱਚਿਆਂ ਨੂੰ ਪੜ੍ਹਾਉਣ ਦੀ। ਟੂ ਮੇਕ ਚਾਇਲਡ ਸੈਲਫ ਡਿਵੈਲਪਮੈਂਟ, ਸੈਲਫ ਡਿਪੈਂਡੈਂਟ, ਬੱਚਿਆਂ ਨੂੰ ਪੜ੍ਹਾਉਣਾ, ਟੂ ਟੀਚ ਸਟੂਡੈਂਟ, ਆਲ ਅਰਾਊਂਡ ਡਿਵੈਲਪਮੈਂਟ ਆਫ ਚਾਇਲਡ, ਬੱਚਿਆਂ ਦਾ ਸਰਵਪੱਖੀ ਵਿਕਾਸ, ਜਾਂ ਫਿਰ ਟੂ ਮੇਕ ਰਿਲੇਸ਼ਨ, ਬੱਚਿਆਂ ਨੂੰ ਪੜ੍ਹਾਉਣਾ ਜਾਂ ਨੀਡ ਆਫ ਚਾਇਲਡ ਸਟੱਡੀ, ਕੀ ਜ਼ਰੂਰਤ ਹੈ ਇਹਦੀ। ਸਾਈਕੋਲੋਜੀ ਦੀ ਕਲਾਸ ਡੇਲੀ ਤੁਹਾਡੀ 8 ਵਜੇ ਹੁੰਦੀ ਹੈ, ਉਹ ਤੁਸੀਂ ਜ਼ਰੂਰ ਜੁਆਇਨ ਕਰਿਆ ਕਰੋ। ਬਾਕੀ ਪੇਡ ਆਪਾਂ ਇੱਕ, ਮਤਲਬ ਜਿਹੜਾ ਹੈਗਾ ਨਵਾਂ ਬੈਚ ਸਟਾਰਟ ਕਰ ਦਿੱਤਾ, ਰਿਵੀਜ਼ਨ ਬੈਚ ਹੈ ਜਿਹਦਾ ਬੜਾ ਹੀ ਘੱਟ ਪ੍ਰਾਈਜ਼ ਹੈ, ਓਨਲੀ 799 ਰੁਪੀਸ, ਜਿਹਦੇ ਵਿੱਚ ਤੁਹਾਨੂੰ ਸਾਰੇ ਦੇ ਸਾਰੇ ਜਿਹੜੇ ਹੈਗੇ ਆ ਟੌਪਿਕਸ, ਸਾਰੇ ਸਬਜੈਕਟ ਦੇ ਟੌਪਿਕਸ ਵਿਦ ਐਮ ਸੀ ਕਿਊਜ਼, ਨਵਾਂ ਮਟੀਰੀਅਲ ਹੈ ਜਿਹੜਾ ਤੁਹਾਡੇ ਲਈ ਲੈ ਕੇ ਆਉਂਦਾ ਜਾ ਰਿਹਾ। ਮੈਂ ਸਾਇੰਸ ਮੈਥ ਕਰਵਾ ਰਹੀ ਹਾਂ ਉਹਦੇ ਵਿੱਚ, ਉਹ ਜੇ ਤੁਸੀਂ ਜੁਆਇਨ ਕਰਨਾ ਚਾਹੋ ਤਾਂ ਤੁਸੀਂ ਜਿਹੜਾ ਮੈਂ ਪਿੱਛੇ ਨੰਬਰ ਲਿਖਿਆ ਆਫਿਸ ਦਾ, ਗਰਲਸ ਮੈਂਟਰ ਦੇ ਜਿਹੜਾ ਆਫਿਸ ਹੈ ਉਹਦਾ ਇਹ ਓਫੀਸ਼ੀਅਲ ਨੰਬਰ ਹੈ, ਤੁਸੀਂ ਇਸ ਨੰਬਰ ਤੇ ਕਾਲ ਕਰ ਸਕਦੇ ਹੋ। ਬਿਲਕੁਲ ਸਹੀ ਹੈ ਜੀ, ਆਲ ਅਰਾਊਂਡ ਡਿਵੈਲਪਮੈਂਟ ਆਫ ਦੀ ਚਿਲਡਰਨ, ਸੀ ਆਪਸ਼ਨ, ਸੀ ਆਪਸ਼ਨ ਇਜ਼ ਦਾ ਰਾਈਟ ਆਂਸਰ। ਸੈਕਿੰਡ ਲਾਸਟ ਕੁਐਸਚਨ, ਦ ਰੀਡਿੰਗ ਟੈਕਨੀਕ ਦੈਟ ਵੁੱਡ ਬੀ ਇੰਪਲੋਇਡ ਟੂ ਲੋਕੇਟ ਟਰਮ ਐਂਡ ਰੈਫਰੈਂਸਿਸ ਇਨ ਐਨ ਇੰਡੈਕਸ ਆਫ ਥਰੇਜ਼ਰ ਇਜ਼। ਰੀਡਿੰਗ ਟੈਕਨੀਕ ਹੈ ਜੋ ਜਿਹੜੀਆਂ ਆਪਾਂ ਯੂਜ ਕਰਦੇ ਹਾਂ ਉਹਨਾਂ ਦਾ ਪਤਾ, ਹਵਾਲਿਆਂ ਦਾ ਜਾਂ ਸ਼ਰਤਾਂ ਦਾ ਪਤਾ ਲਾਉਣ ਦੇ ਲਈ, ਉਹਨੂੰ ਆਪਾਂ ਕੀ ਕਹਿੰਦੇ ਹਾਂ, ਕੀ ਰੀਡਿੰਗ, ਸਕੈਨਿੰਗ, ਰੀ ਰੀਡਿੰਗ ਜਾਂ ਫਿਰ ਕ੍ਰੈਮਿੰਗ। ਬਿਲਕੁਲ 10th ਤੱਕ ਦੀ ਕਰਵਾਈ ਜਾ ਰਹੀ ਆ, ਉਸ ਤੋਂ ਉੱਤੇ ਵੀ ਕਰਵਾਈ ਜਾ ਰਹੀ ਹੈਗੀ ਆ। ਮੈਂ ਤਾਂ ਪਹਿਲਾਂ ਵੀ ਬੱਚਿਆਂ ਨੂੰ ਬਹੁਤ ਹਾਈ ਲੈਵਲ ਦਾ ਕੰਮ ਕਰਵਾਇਆ ਸੀਗਾ, ਮੈਂ ਤਾਂ ਜਿਹੜੇ ਬੱਚੇ ਮੇਰੀ ਕਲਾਸ ਡੇਲੀ ਲਾਉਂਦੇ ਆ ਸਾਇੰਸ ਦੀ, ਮੈਂ ਤਾਂ +1 +2 ਦੇ ਵੀ ਵਿੱਚੋਂ ਕਈ ਕਈ ਟੌਪਿਕਸ ਆ ਜਿਹੜੇ ਡਿਸਕਸ ਕਰਵਾਏ ਆ। ਜਿਵੇਂ ਅੱਜ ਲਾਈਟ ਵਾਲਾ ਟੌਪਿਕ ਮੈਂ ਬੱਚਿਆਂ ਦਾ ਫਿਨਿਸ਼ ਕਰਾਇਆ, ਜਿਹਦੇ ਵਿੱਚ ਮੈਂ ਵੇਵ ਪਾਰਟੀਕਲ, ਡੁਅਲਿਟੀ, ਡੁਅਲ ਨੇਚਰ ਆਫ ਲਾਈਟ, ਜਿਹੜੇ ਤੁਹਾਨੂੰ ਪਤਾ ਹੀ ਆ ਸਾਰੇ, ਹੈ ਨਾ, ਆਪਾਂ ਹੀਜ਼ਨਬਰਗ ਪ੍ਰਿੰਸੀਪਲ, ਯੇ ਮਤਲਬ ਵੋ, ਜਿਵੇਂ ਆਪਾਂ ਹੁਣ ਇੱਥੇ ਮੈਂ ਬਾਕੀਆਂ ਨੂੰ ਬੋਰ ਨਹੀਂ ਕਰਨਾ ਚਾਹੁੰਦੀ, ਸਾਰੇ ਦੇ ਸਾਰੇ ਟੌਪਿਕਸ ਕਰਵਾਏ ਗਏ। ਸਾਇੰਸ, ਫਿਜ਼ਿਕਸ, ਕੈਮਿਸਟਰੀ ਮੈਂ ਕਰਵਾ ਰਹੀ ਹਾਂ,
ਉਹਦੀ ਮੈਂ ਗਾਰੰਟੀ ਲੈਂਦੀ ਹਾਂ ਕਿ ਤੁਹਾਡਾ ਕੋਈ ਵੀ ਕੁਐਸਚਨ ਹੈ ਜਿਹੜਾ ਪੇਪਰ ਦੇ ਵਿੱਚ ਛੁੱਟੂਗਾ ਨਹੀਂ। ਫਿਜ਼ਿਕਸ ਕੈਮਿਸਟਰੀ ਮੈਂ ਕਰਵਾ ਰਹੀ ਹਾਂ। ਬਿਲਕੁਲ ਜੀ, ਸਕੈਨਿੰਗ ਇਜ਼ ਦਾ ਰਾਈਟ ਆਂਸਰ। ਪਲੱਸ 1 ਪਲੱਸ 2 ਦੇ ਵੀ ਕਈ ਟੌਪਿਕਸ ਹੈ ਜਿਹੜੇ ਮੈਂ ਕਵਰ ਕਰਾਏ ਆ। ਐਟੋਮਿਕ ਸਟਰਕਚਰ ਹੈ, ਜਿਵੇਂ ਮੇਰੇ ਕੋਲੇ ਪਿਛਲੇ ਵਾਰੀ ਮੈਂ ਕਰਵਾਇਆ ਸੀ ਕੋਆਰਡੀਨੇਸ਼ਨ ਕੰਪਾਊਂਡ ਕਰਵਾਇਆ ਸੀ। ਮਤਲਬ ਮੈਂ ਟੌਪਿਕ ਹੀ NCERT ਦੀ ਬੁੱਕ ਦੇ ਵਿੱਚ ਜਿਹੜੇ ਨੇਮ ਦਿੱਤੇ ਹੋਏ ਆ ਉਵੇਂ ਚੱਕ ਕੇ ਉਹਨਾਂ ਦੀ ਡਿਟੇਲ ਹੈ ਜਿਹੜੀ ਉਹ 7th-8th ਤੋਂ ਸਟਾਰਟ ਕਰਕੇ ਪਲੱਸ 1 ਪਲੱਸ 2 ਤੱਕ ਲੈ ਕੇ ਜਾ ਰਹੀ ਹਾਂ। ਠੀਕ ਹੈ, ਤਾਂ ਤੁਸੀਂ ਆਹ ਵਾਲੇ ਕੰਟੈਕਟ ਨੰਬਰ ਤੇ, ਜਿਹੜਾ ਤੁਹਾਨੂੰ ਨੰਬਰ ਪਿੱਛੇ ਮੈਂ ਲਿਖਿਆ ਸੀ, ਉਸ ਤੇ ਜੁਆਇਨ ਕਰ ਸਕਦੇ ਹੋ। ਲਾਸਟ ਕੁਐਸਚਨ ਆਫ ਦਾ ਡੇ, ਮੈਚਿਓਰਿਟੀ ਐਂਡ ਲਰਨਿੰਗ ਆਰ ਗਰੋਥ ਡਿਵੈਲਪਮੈਂਟ ਪਰਸਨੈਲਿਟੀ ਐਂਡ ਨੌਲੇਜ। ਡਿਸਕ੍ਰਿਪਸ਼ਨ ਦੇ ਵਿੱਚ ਵੀ ਆਪਣਾ ਕੰਟੈਕਟ ਨੰਬਰ ਦਿੱਤਾ ਹੋਇਆ, ਤੁਸੀਂ ਉਸ ਨੰਬਰ ਤੇ ਗੱਲ ਕਰਕੇ ਕੋਰਸ ਜੁਆਇਨ ਕਰ ਸਕਦੇ ਹੋ ਫੋਰ ਸਾਇੰਸ। ਮੈਂ ਸਾਇੰਸ ਮੈਥ ਲੈ ਰਹੀ ਹਾਂ। ਅੱਜ ਕਲਾਸ ਦਾ ਟਾਈਮਿੰਗ 8 ਵਜੇ ਦਾ ਸੀ। ਡੇਲੀ ਤੁਹਾਡੀ ਕਲਾਸ ਹੈ ਜਿਹੜੀ 8 ਵਜੇ ਸਟਾਰਟ ਹੋ ਜਾ ਕਰੇਗੀ, ਅਨਲੈਸ ਕੋਈ ਨੈਟਵਰਕ ਇਸ਼ੂ ਨਾ ਹੋਵੇ। ਥੈਂਕ ਯੂ ਮਨਪ੍ਰੀਤ। ਬਿਲਕੁਲ ਜੀ ਬਿਲਕੁਲ, ਪੀਰੀਓਡਿਕ ਟੇਬਲ ਵੀ ਕਰਵਾਇਆ ਸੀ, ਹੁਣ ਦੁਬਾਰਾ ਫਿਰ ਰਿਵੀਜ਼ਨ ਬੈਚ ਦੇ ਵਿੱਚ ਵੀ ਕਰਵਾਵਾਂਗੇ। ਪਰਸਨੈਲਿਟੀ ਆਏਗਾ ਜੀ, ਇਹਦਾ ਆਨਸਰ ਸੀ ਆਪਸ਼ਨ। ਹਾਂਜੀ, ਇੱਥੇ ਆਪਣੇ ਅੱਜ ਦੇ ਕੁਐਸਚਨ ਹੈ ਜਿਹੜੇ ਖਤਮ ਹੁੰਦੇ ਆ। ਕਿਸੇ ਬੱਚੇ ਨੂੰ ਕੋਈ ਡਾਊਟ ਹੋਵੇ, ਅੱਜ ਆਪਾਂ ਜਿੰਨਾ ਵੀ ਕੁਝ ਪੜ੍ਹਿਆ, ਕਿਸੇ ਬੱਚੇ ਨੂੰ ਕੋਈ ਡਾਊਟ ਹੋਵੇ ਸੋ ਆਪਾਂ ਕੱਲ ਮਿਲਦੇ ਹਾਂ ਫਿਰ ਅਗੇਨ 8 ਵਜੇ। ਸਾਰੇ ਬੱਚੇ ਪਹਿਲਾਂ ਹੀ ਕਲਾਸ ਦੀ ਜਿਹੜੀ ਟਾਈਮਿੰਗ ਹੈ ਉਹ ਨੋਟ ਕਰਕੇ ਰੱਖਿਓ। ਠੀਕ ਹੈ, ਜਦੋਂ ਹੀ ਕਲਾਸ ਸ਼ਡਿਊਲ ਹੋਊਗੀ ਤੁਹਾਨੂੰ ਨੋਟੀਫਿਕੇਸ਼ਨ ਆ ਜੂਗੀ। ਜਦੋਂ ਮੈਂ ਕਲਾਸ ਸਟਾਰਟ ਕਰੂੰਗੀ ਤੁਹਾਨੂੰ ਉਦੋਂ ਵੀ ਨੋਟੀਫਿਕੇਸ਼ਨ ਆ ਜੂਗੀ, ਸੋ ਦੈਟ ਕਿਸੇ ਵੀ ਬੱਚੇ ਦੀ ਕਲਾਸ ਹੈ ਜਿਹੜੀ ਉਹ ਰਹਿ ਨਾ ਜਾਵੇ। ਠੀਕ ਹੈ, ਸੋ ਨੈਕਸਟ ਆਪਾਂ ਹੁਣ, ਪਹਿਲਾਂ ਵੀ ਮੈਂ ਜਿਵੇਂ 520 MCQs ਕਰਵਾਏ ਸੀਗੇ, ਪਹਿਲਾਂ ਪੇਪਰ ਤੋਂ ਪਹਿਲਾਂ ਨਾ ਮੈਂ 1000-1200 MCQs ਮਤਲਬ ਉੱਕੇ ਫੁੱਕੇ ਮੈਂ ਦੱਸ ਰਹੀ ਹਾਂ। ਮੈਨੂੰ ਲੱਗਦਾ ਕਿ ਮੈਂ 1500 ਤੋਂ ਜ਼ਿਆਦਾ MCQs ਆ ਜਿਹੜੇ YouTube ਦੇ ਉੱਤੇ ਹੀ ਕਵਰ ਕਰਵਾਤੇ ਸੀਗੇ ਸਾਈਕੋਲੋਜੀ ਦੇ। ਹੁਣ ਅਗੇਨ ਆਪਣੇ ਕੋਲੇ ਜਿਵੇਂ ਮੰਨ ਕੇ ਚੱਲੋ ਵੀ ਆਪਣੇ ਕੋਲੇ 25-30 ਦਿਨ ਹੈਗੇ ਆ, ਤਾਂ ਆਪਾਂ ਹੁਣ ਹੋਰ ਵੀ ਜ਼ਿਆਦਾ MCQs ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ। ਡੇਲੀ ਕਲਾਸ ਲਗਾਇਆ ਕਰੋ 8 ਵਜੇ।